ਸਾਡੇ ਨਾਲ ਖੁਦ ਕਲਾਮ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਰਹਿਮਤੁਲਲਾਹ ਵਬਰਕਾਤ ਜੀ। ਬਿਸਮਿਲ੍ਲਾ ਜਨਾਬ। ਸਰ ਖਾਲਿਦ ਬਖਸ਼ ਸਾਹਿਬ ਜੀ ਆਏ ਨੂੰ ਸਰ ਪਹਿਲੇ ਨਾਲ ਬੁਲਬੁਲ ਕੇ ਸੁਣੂ ਔਰ ਖਾਮਤਨ ਹੋਸ਼ ਰਹੂੰ। ਮੈਂ ਵੀ ਬੁਲਬੁਲ ਹੂੰ ਕੇ ਖਾਮੋਸ਼ ਰਹੂੰ। ਔਰ ਤਮਾਮ ਸੁਣੇ ਮੈਂ ਦੀ ਖਿਦਮਤ ਵਿੱਚ ਗੁਜ਼ਾਰਿਸ਼ ਕਿ ਆਮਨ ਤੇ ਬਿੱਲਾ ਕਿ ਮੇਰਾ ਅੱਲਾਹ ਤੇ ਇਮਾਨ ਮਲਾਇਕਤ ਹੀ ਉਹਦੇ ਫਰਿਸ਼ਤਿਆਂ ਤੇ ਕੁਤਬੇ ਹੀ ਉਹ ਕਿਤਾਬਾਂ ਜਿਹੜੀਆਂ ਉਹਨੇ ਭੇਜੀਆਂ ਔਰ ਇਸਲੇ ਹੀ ਉਹਦੇ ਰਸੂਲ ਦੁਨੀਆਂ ਤੇ ਆਏ ਔਰ ਯੌਮੁਲ ਆਖਰ ਇਮਾਨ ਇਮਾਨ ਦੀ ਮਤਲਬ ਹੈ ਸ਼ਰਾਇਤ। ਬਹੁਤ ਖੂਬਸੂਰਤ ਪ੍ਰੋਗਰਾਮ ਔਰ ਮੁਖਤਲਿਫ ਮੈਨ ਤੇ ਕੋਈ ਹੱਕ ਨਹੀਂ ਪਹੁੰਚਦਾ ਕਿਸੇ ਵੀ ਕੌਜ ਦੇ ਉੱਤੇ ਮਤਲਬ ਚਰਚਾ ਕਰਨ ਦਾ, ਮਗਰ ਥੋੜਾ ਕਿਹਾ ਵੀ ਕਿ ਜਨੈਸਰ ਸਾਹਿਬ ਨੂੰ ਆਈ ਸਲੂਟ ਜਨੈਸਰ ਸਾਹਿਬ ਆਈ ਸਲੂਟ ਵਿਦ ਦਾ ਬੋਥ ਹੈਂਡ ਕਿ ਅਸੀਂ ਨਸੀ ਇਹਦੇ ਖੁਦ ਖਿਲਾਮੀ ਦੀ ਬਜਾਏ ਅਸੀਂ ਨਸੀਹਤਾਂ ਫਰਮਾ ਰਹੇ ਹਾਂ। ਯਾਨੀ ਕਿ ਸਾਨੂੰ ਪਤਾ ਯਾਰ ਅਸੀਂ ਮੁਸਲਮਾਨ ਹਾਂ, ਅਸੀਂ ਕੁਰਾਨ ਪੜ੍ਹਨੇ ਹਾਂ, ਸਾਨੂੰ ਪਤਾ ਕੁਰਾਨ ਵਿੱਚ ਕੀ ਹੋਇਆ ਗੱਲ ਹੈ ਕਿ ਉਹਦੇ ਚੋਂ ਅਸੀਂ ਦੇਖਣਾ ਕਿ ਤਹਿਕੀਕ ਦਾ ਸਾਨੂੰ ਕਿਹਾ ਗਿਆ ਨਾ ਤਹਿਕੀਕ ਕਰੋ। ਔਰ ਪਹਿਲੇ ਮੈਂ ਅਰਜ਼ਾ ਕਰ ਲਵਾਂ ਕਿ ਖੁਦ ਕਲਾਮੀ ਮੁਖਤਲਿਫ ਅਦਵਾਰ ਦੇ ਵਿੱਚ ਮੁਖਤਲਿਫ ਕਿਸਮ ਦੀ ਹੁੰਦੀ ਹੈ ਨਾ, ਸਟੇਜ ਵਾਈਜ਼ ਮਤਲਬ ਏਜ ਵਾਈਜ਼ ਨਾ। ਹਾਂ ਮਤਲਬ ਬੱਚੀ ਮੇਰੀ ਨੂੰ ਮੈਂ ਪੁੱਛਿਆ ਤੂੰ ਇਹ ਹੁਣੇ ਤੁਹਾਡੇ, ਮੈਂ ਪੁੱਛਿਆ ਬੇਟੇ ਖੁਦ ਕਲਾਮੀ ਕਰ ਦਿਓ ਜਿਹੜੀ ਯੂਨੀਵਰਸਿਟੀ ਮੈਂ ਜਾਣ ਦਾ ਨਿਹਾਨ ਕਰਨਾ ਕੀ ਕਰ ਦਿਓ। ਮੇਰਾ ਪੇਪਰ ਤਾਂ ਮੈਂ ਸੋਚ ਰਹੀ ਤਾਂ ਨਹੀਂ ਸਾਂ ਯਾਰਲਾ ਨਾ ਤਾਂ ਆਪਣੇ ਗੱਲ ਹੈ ਕਿ ਮਾਈਕਲ ਐਂਜਲੋ ਆਏਗਾ, ਡੋਨਾਟੈਲੋ ਆਏਗਾ ਜਾਂ ਪਿਕਾਸੋ ਦੇ ਬਾਰੇ ਚ ਕਿਹਾ ਗਿਆ ਹੋਗਾ ਆਪਣੇ ਯਾਨੀ ਉਹਦੇ ਮੁਤਾਬਕ ਹੈ ਨਾ। ਉਹਦੇ ਚਲੋ ਕੁਛ ਲੋਕ ਐਸੇ ਨੇ ਜਿਹੜੇ ਵਿਚਾਰੇ ਕਿ ਮੈਂ ਸਵੇਰੇ ਜਾਂ ਮੈਂ ਯਾਰ ਇੰਜ ਕਰਾਂਗਾ ਇਸ ਤਰ੍ਹਾਂ ਕਰਾਂ ਤੇ ਮੈਂ ਇੰਜ ਕਰ ਸਕਦਾ ਹਾਂ ਇਸ ਤਰ੍ਹਾਂ ਹੋ ਜਾਏਗਾ। ਉਹ ਜਿਸ ਲਈ ਅਸੀਂ ਹੁਣ ਕਿਉਂਕਿ ਅਸੀਂ ਉਸ ਸਟੇਜ ਤੋਂ ਬਾਹਰ ਆ ਗਏ ਯਾਨੀ ਜੇ ਵਮੇ ਦੁਨੀਆਂ ਜਿਹੜਾ ਨਾ ਉਹ ਅੱਲਾਹ ਤਾਲਾ ਦੀ ਮਿਹਰਬਾਨੀ ਦੇ ਨਾਲ ਉਹ ਨਹੀਂ ਹੈ ਅਲਹਮਦੁਲਿਲਾ। ਔਰ ਜਿਸ ਤਰ੍ਹਾਂ ਜਨੈਸਰ ਸਾਹਿਬ ਨੇ ਫਰਮਾਇਆ ਅੱਲਾਹ ਦਾ ਮਾਲਕ ਹੈ, ਮਾਲਕ ਹੈ ਨਾ, ਉੱਥੇ ਤਾਂ ਜ਼ਰੂਰਤ ਹੀ ਨਹੀਂ ਨਾ ਸਰ ਕਿਸੇ ਤਾਵੀਰ ਦੀ ਕਿਸੇ ਚੀਜ਼ ਦੀ ਕੌਣ ਫਰਿਆ ਫੋਨ ਉਹਦਾ ਹਿਸਾਬ ਨਾ ਹੋ ਜਾ ਹੋ ਜਾਂਦਾ। ਫਿਰ ਇਹਦਾ ਬਖੇੜਾ ਕਰਨ ਦੀ ਕੀ ਜ਼ਰੂਰਤ ਸੀ ਪਰਵਰਦਿਗਾਰ ਨੂੰ ਕਿ ਜਿਸ ਤਰ੍ਹਾਂ ਉਹ ਕ੍ਰਿਸਚਨ ਕਿਵੇਂ ਪਤਾ ਲੱਗਾ। ਮੈਂ ਬੜਾ ਸ਼ੁਰੂ ਚ ਮੈਂ ਇਹਦੇ ਬਾਰੇ ਕਰਨਾ ਤਾਂ ਆਪਣੇ ਜ਼ਿਹਨ ਨਾਲ ਕਰਨਾ ਤਾਂ ਇੱਕ ਦਿਨ ਬੜਾ ਲਿਖ ਬੰਦੇ ਮਤਲਬ ਮਿਲਿਆ ਉਹਦਾ ਜਵਾਬ ਮਿਲਿਆ ਕਿ ਸ਼ੈਤਾਨ ਜਿਹੜਾ ਸੀ ਨਾ ਉਹ ਇਨਸਾਨ ਤੋਂ ਪਹਿਲੇ ਤਖਲੀਕ ਕੀਤਾ ਸੀ ਅੱਲਾਹ ਤਾਲਾ ਨੇ ਨਾ। ਔਰ ਦੁਨੀਆਂ ਤੇ ਜੋ ਮੈਂ ਜਦੋਂ ਤੋਂ ਮੈਂ ਸੈਟਿਸਫਾਈ ਹੋਇਆ ਮੈਂ ਵੀ ਉਹ ਮਤਲਬ ਕਿਉਂਕਿ ਅਬਲੀਸ ਵੀ ਜਿਹੜਾ ਸੀ ਨਾ ਉਹ ਫਰਿਸ਼ਤਾ ਨਹੀਂ ਸੀ, ਉਹ ਵੀ ਜਿੰਨਾ ਚੋਂ ਸੀ। ਹਾਂਜੀ ਪੜ੍ਹੀ ਲਿਖੀ ਔਰ ਅਥੈਂਟਿਕ ਗੱਲ ਹੈ ਮਤਲਬ ਸਾਬਤ ਹੋਏ ਤੇ ਕਿਉਂਕਿ ਜਿੰਨਾ ਚੋਂ ਸੀ। ਔਰ ਜ਼ਮੀਨ ਦੇ ਉੱਤੇ ਜਿਹੜੇ ਆ ਸੰਗਤ ਸਾਧ ਕਰਦੇ ਸਨ ਉਸ ਤੋਂ ਪਹਿਲੇ ਬਾਅਦ ਉਹ ਮਤਲਬ ਉਹਨਾਂ ਨੂੰ ਧਕੇਲ ਲਿਆ ਗਿਆ ਬਾਹਰ ਵਾਲਾ। ਅੱਛਾ ਇਹ ਤੇ ਅੱਗੇ ਫਿਰ ਪਿਛਲੇ ਚੱਲ ਮੈਂ ਮਤਲਬ ਅੱਗੇ ਪਹੁੰਚਿਆ ਨਾ ਹਜ਼ਰਤ ਆਦਮ ਦੀ ਉਹ ਵੀ ਬਗੈਰ ਬੀਬੀ ਹਵਾ ਅਸਲੀ ਜੋ ਪੈਦਾ ਹੋਗਾ ਤੇ ਮਨਾ ਫਰਮਾਤਾ ਗਿਆ ਕਿ ਇਸ ਦਰਖਤ ਇਸ ਸ਼ਜਰ ਦਾ ਲਫ਼ਜ਼ ਇਸਤੇਮਾਲ ਕੀਤਾ ਗਿਆ ਜੀ ਕਿ ਇਸ ਦਰਖਤ ਦੇ ਕੋਲ ਨਹੀਂ ਜਾਣਾ। ਮੈਂ ਛੋਟੇ ਤੋਂ ਵੱਡਾ ਹੋ ਗਿਆ ਤੇ ਕੋਈ ਸੁਣਦਾ ਆਇਆ ਕਿ ਯਾਰ ਗੰਦਮ ਦਾ ਦਾਣਾ ਜਿਹੜਾ ਸੀ ਨਾ ਉਹਦੇ ਤੋਂ ਮਨਾ ਕੀਤਾ, ਸ਼ਾਇਦ ਕਿਸੇ ਹੋਰ ਨੇ ਕੋਈ ਸੁਣਿਆ ਹੋਵੇ, ਮੈਂ ਤੇ ਕੋਈ ਸੁਣਦਾ ਆਇਆ ਵਾ ਹਾਲੇ ਤੱਕ ਵੀ ਕਿ ਗੰਦਮ ਦਾ ਦਾਣਾ ਠੀਕ ਹੈ ਸਾਡਾ ਵੀ ਵੈਸੇ ਪਿਛਲੇ ਥੋੜਾ ਜਿੰਨਾ ਸ਼ਹੂਰ ਆਇਆ ਨਾ ਤੇ ਮੈਂ ਸੋਚਿਆ ਮੈਂ ਕਿਹਾ ਯਾਰ ਦਰਖਤ ਦੀ ਪਹਿਚਾਣ ਹੈ ਕਿ ਉਹਦਾ ਤਣਾ ਹੈ। ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ ਦਰਖਤ ਦੀ ਪਹਿਚਾਣ ਦਰਖਤ ਹੈ ਹੀ ਉਹ ਜਿਹਦਾ ਤਣਾ ਮੁੱਢ ਜੀ ਬਿਲਕੁਲ ਸ਼ਜਰ ਉਹੀ ਹੁੰਦਾ ਜਿਹਦਾ ਮੁੱਢ ਹੋਵੇ ਤੇ ਗੰਦਮ ਜਿਹੜੀ ਹੈ ਨਾ ਉਹ ਦਰਖਤ ਤੇ ਨਹੀਂ ਹੋਈ ਨਾ, ਨਹੀਂ ਉਹ ਤੇ ਬੂਟਾ ਕਹਿ ਲਓ, ਉਹ ਤੇ ਪੌਦਾ ਕਹਿ ਲਓ, ਬਾਲੀਆਂ ਬਾਲੀਆਂ ਲੱਗੀਆਂ ਹੋਈਆਂ ਸਰ। ਇੱਥੇ ਥੋੜਾ ਜਿਹਾ ਕੰਫਿਊਜ਼ਨ ਪੈਦਾ ਹੋਇਆ ਜਿਸ ਲਈ ਮੈਂ ਗੱਲ ਕੀਤੀ ਮਤਲਬ ਕੋਈ ਸੁਟ ਮਤਲਬ ਉਹਦਾ ਮੈਨੂੰ ਸੈਟਿਸਫੈਕਟਰੀ ਜਵਾਬ ਨਹੀਂ ਮਿਲਿਆ ਠੀਕ ਹੋ ਗਿਆ ਚਲੋ। ਮਗਰ ਹਾਲੇ ਤੱਕ ਮੈਂ ਐਸੇ ਕਈ ਅਸੀਂ ਅੱਲਾਹ ਤਾਲਾ ਮੈਂ ਆਪਣੇ ਆਪ ਨੂੰ ਕਰਨਾ ਵਾ ਕਿ ਅੱਲਾਹ ਤਾਲਾ ਨੂੰ ਕੌਣ ਰੋਕ ਸਕਦਾ ਸੀ ਉਹਦੇ ਤੇ ਮੇਰੇ ਮੈਂ ਤੇ ਰੋਕਦੇ ਹੈਗਾ ਨਾ ਮੇਰਾ ਵੱਡਾ ਕੋਈ ਕੰਮ ਨਾ ਕਰੀ ਐਸਾ ਨਾ ਕਰ, ਅਗਰ ਉਹਨੇ ਦੁਨੀਆਂ ਇਨਸਾਨ ਨੂੰ ਤਖਲੀਕ ਕਰਨਾ ਸੀ ਫਰਿਸ਼ਤਿਆਂ ਨੇ ਮਤਲਬ ਕ੍ਰਾਈਟੇਰੀਆ ਫਰਿਸ਼ਤਿਆਂ ਨੂੰ ਕਿਹਾ ਜਾਂ ਜਿਸ ਤਰ੍ਹਾਂ ਜੋ ਕੁਛ ਵੀ ਹੋਇਆ ਅੱਲਾਹ ਤਾਲਾ ਨੂੰ ਇਹ ਚੀਜ਼ ਮੈਂ ਸੋਚਣਾ ਮੈਂ ਆਪਣੇ ਆਪ ਨੂੰ ਕੁਛ ਖਿਲਾਮੀ ਮੈਂ ਫਿਰ ਇੱਕ ਵਾਰੀ ਕਹਿ ਰਿਹਾ ਅਲਹਮਦੁਲਿਲਾ ਮੈਂ ਮੁਸਲਮਾਨ ਹਾਂ ਇਤਨੇ ਮੁਸਲਮਾਨ ਨਮਾਜ਼ ਵੀ ਪੜ੍ਹਨਾ ਰੋਜ਼ਾ ਵੀ ਰੱਖਣਾ ਸਾਡੇ ਅੰਦਰ ਜਿਹੜਾ ਡਰ ਹੈ ਉਹ ਬਹੁਤ ਜ਼ਿਆਦਾ ਹਾਵੀ ਨਹੀਂ ਹੋ ਗਿਆ ਮਤਲਬ ਮੈਨੂੰ ਡਰ ਪਤਾ ਕੀ ਆਉਂਦਾ ਤੁਸੀਂ ਹੁਕਮ ਕਰੋ ਕਿਸੇ ਟਾਈਮ ਦੇ ਉੱਤੇ ਮੈਂ ਜਿੰਨੇ ਵੀ ਮੁਸਲਮਾਨ ਨਾਲ ਫਿਰਕੇ ਨੇ ਜਿਹਦੇ ਤੋਂ ਮੈਂ ਬਿਲੋਂਗ ਕਰਨਾ ਜਿਹਦੇ ਤੋਂ ਜ਼ੈਦ ਬਿਲੋਂਗ ਕਰਦਾ ਜਿਹਦੇ ਤੋਂ ਬਕਰ ਬਿਲੋਂਗ ਕਰ
ਕਰਦਾ ਹੈ ਸਾਰਿਆਂ ਦੇ ਉੱਤੇ ਕੁਫਰ ਦਾ ਫਤਵਾ ਦੂਸਰੇ ਨੇ ਲਾਇਆ ਹੈ ਜੀ ਉਧਰ ਤੂੰ ਨੀ ਤੁਸੀਂ ਬੱਚਾ ਪਿੱਛੇ ਕੀ ਹੋ ਗਿਆ ਮੈਂ ਸਵਾਲ ਕਰਨਾ ਯਾਰ ਰਹਿਮਤ ਉਲਾਲਮੀਨ ਉਹਨੂੰ ਤੇ ਮਤਲਬ ਨਹੀਂ ਕਰਦਾ ਬਟ ਉਸ ਨੂੰ ਬਾਹਰ ਪੜ ਰਿਹਾ ਮੁਰਤਦ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਵਾਜਬੁਲ ਕਤਲ ਹੋ ਗਿਆ ਜੀ ਉਹਦੇ ਚ ਵਟਸਐਪ ਜਿਹੜੀਆਂ ਅਸੀਂ ਮਤਲਬ ਖੁਦ ਕਲਾਮੀ ਵਿੱਚ ਗੱਲਾਂ ਕਰਨੇ ਆ ਨਾ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਬੜੇ ਮੁਤਮਈਨ ਹੋ ਜਾਂਦੇ ਆ ਬਿਲਕੁਲ ਬਿਲਕੁਲ ਆਪਣੇ ਦੇਖੋ ਨਾ ਜੀ ਵਧੀਆ ਹੈ ਨਾ ਕਿ ਫਿਰ ਮੈਂ ਤਹਿਕੀਕ ਵਿੱਚ ਲੱਗਣਾ ਸ਼ੁਰੂ ਕਰ ਦੇਣਾ ਨਾ ਉਹਨਾਂ ਚ ਮੇਰੇ ਅੰਦਰ ਉਹ ਲੱਗੀ ਜਾਂਦੀ ਹੈ ਨਾ ਮੈਨੂੰ ਕੋਈ ਮੁਤਮਿਨ ਕਰ ਸਕਿਆ ਔਰ ਮੈਂ ਆਪਣੇ ਆਪ ਨੂੰ ਮੁਖਤਲਿਫ ਕਿਤਾਬਾਂ ਦੇ ਨਾਲ ਮੁਖਤਲਿਫ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਆਪ ਹੀ ਮੁਤਮਿਨ ਕੀਤਾ ਜੀ ਬਿਲਕੁਲ ਠੀਕ ਹੈ ਤੇ ਗੁਜ਼ਾਰਿਸ਼ ਹੈ ਕਿ ਗੱਲਾਂ ਤਾਂ ਬਹੁਤ ਹੋ ਜਾਣਗੀਆਂ ਟਾਈਮ ਵੀ ਥੋੜ੍ਹਾ ਮੈਨੂੰ ਸਿੱਖਣ ਲਈ ਬਹੁਤ ਕੁਛ ਮਿਲਦਾ ਚਨੇਸਰ ਸਾਹਿਬ ਨੇ ਅੱਲਾਹ ਹਾਫਿਜ਼ ਰੱਬ ਰੱਖ